ਕਰਤਾਰਪੁਰ ਦਾ ਲਾਂਘਾ ਬੇਸ਼ੱਕ ਭਾਰਤ ਤੇ ਪਾਕਿਸਤਾਨ ਵੱਲੋਂ ਖੋਲ੍ਹ ਦਿੱਤਾ ਗਿਆ ਤੇ ਲੋਕ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਨ ਵੀ ਚਾ ਰਹੇ ਨੇ ਪਰ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਸੰਗਤ ਬਹੁਤ ਘਟ ਗਿਣਤੀ ਚ ਪਹੁੰਚ ਰਹੀ ਹੈ। ਵਜ੍ਹਾ ਕਰਤਾਰਪੁਰ ਸਾਹਿਬ ਜਾਣ ਦੀ ਮਨਜ਼ੂਰੀ ਲੈਣ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਨਾ ਹੋਣਾ। ਲੋਕਾਂ ਨੂੰ ਹਾਲੇ ਵੀ ਕਈ ਤਰ੍ਹਾਂ ਦੀ ਦੁਬਿਧਾ ਹੈ ਕਿ ਕੀ ਪਾਕਿਸਤਾਨ ਜਾਣ ਲਈ ਪਾਸਪੋਰਟ ਦੀ ਲੋੜ ਹੈ? ਕਰਤਾਰਪੁਰ ਸਾਹਿਬ ਜਾਣ ਲਈ ਰਜਿਸਟ੍ਰੇਸ਼ਨ ਫਾਰਮ ਕਿਵੇਂ ਤੇ ਕਿੱਥੇ ਭਰਿਆ ਜਾਏ? ਫਾਰਮ ਭਰਨ ਲਈ ਕੀ ਕੀ ਚਾਹੀਦਾ ਹੈ? ਫੀਸ ਕਿੰਨੀ ਲੱਗੇਗੀ ਤੇ ਕੀ ਸਾਡੇ ਪਾਸਪੋਰਟ ਤੇ ਪਾਕਿਸਤਾਨ ਦੀ ਸਟੈਂਪ ਤਾਂ ਨਹੀਂ ਲੱਗ ਜਾਏਗੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਦੇਾਂਗੇ ਸਭ ਤੋਂ ਪਹਿਲਾਂ ਗੱਲ ਪਾਸਪੋਰਟ ਦੀ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਪਾਕਿਸਤਾਨ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਚਾਨ ਲਈ ਪਾਸਪੋਰਟ ਦੀ ਲੋੜ ਹੈ ਕਿਉਂਕਿ ਜਦ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਤਾਂ ਉਸ ਲਈ ਸਭ ਤੋਂ ਪਹਿਲਾਂ ਸਟੈਪ ਪਾਸਪੋਰਟ ਦੀ ਜਾਣਕਾਰੀ ਭਰਨਾ ਹੈ ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਵੀਜ਼ਾ ਮਿਲ ਜਾਏਗਾ ਪਾਸਪੋਰਟ ਤੇ ਪਾਕਿਸਤਾਨ ਦੀ ਮੋਹਰ ਲੱਗ ਜਾਏਗੀ ਇਹ ਸਿਰਫ ਪਾਕਿਸਤਾਨ ਜਾਣ ਲਈ ਭਾਰਤ ਸਰਕਾਰ ਵੱਲੋਂ ਪ੍ਰਾਪਤ ਕੀਤੀ ਜਾਣ ਵਾਲੀ ਮੁਢਲੀ ਜਾਣਕਾਰੀ ਹੈ ਹੁਣ ਰਜਿਸਟ੍ਰੇਸ਼ਨ ਫਾਰਮ ਭਰਿਆ ਕਿਵੇਂ ਜਾਵੇ ਤਾਂ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਸਭ ਤੋਂ ਪਹਿਲਾਂ ਭਾਰਤ ਸਰਕਾਰ ਦੇ ਪੋਰਟਲ prakashpurv550.mha.gov.in kph/ ਉੱਤੇ ਰਜਿਸਟਰ ਕਰਨਾ ਹੋਵੇਗਾ ਇਹ ਲਿੰਕ ਖੋਲਣ ਤੇ ਇਸ ਤਰ੍ਹਾਂ ਦਾ ਪੇਜ ਤੁਹਾਡੇ ਸਾਹਮਣੇ ਆ ਜਾਵੇਗਾ ਜਿੱਥੇ ਫਾਰਮ ਪਰੰਦੀਆਂ ਹਦਾਇਤਾਂ ਦੇ ਨਾਲ ਆਨਲਾਈਨ ਅਪਲਾਈ ਕਰਨ ਦਾ ਲਿੰਕ ਵੀ ਨਜ਼ਰ ਆਵੇਗਾ ਇਸ ਹਦਾਇਤਾਂ ਨੂੰ ਤੁਸੀਂ ਪੜ੍ਹ ਕੇ ਹੀ ਜਿਹੜਾ ਆਨਲਾਈਨ ਅਪਲਾਈ ਕਰਨ ਵਾਲੇ ਜਿਹੜਾ ਲਿੰਕ ਹੈ ਉਹਦੇ ਤੇ ਕਲਿੱਕ ਕਰਨਾ ਹੈ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਅੱਗੇ ਵਧੋਗੇ ਇਹ ਤੇ ਤੁਹਾਨੂੰ ਤੁਹਾਡੀ ਨੈਸ਼ਨੈਲਿਟੀ ਬਾਰੇ ਪੁੱਛਿਆ ਜਾਵੇਗਾ ਜਿੱਥੇ ਦੋ ਆਪਸ਼ਨ ਹੋਣਗੇ ਇੰਡੀਅਨ ਤੇ ਫਾਰਨਰ ਜਿਸ ਚੋਂ ਜਿਸ ਨਾਲ ਤੁਸੀਂ ਸਬੰਧਤ ਹੋ ਉਸ ਤੇ ਕਲਿੱਕ ਕਰਨ ਤੇ ਤੁਹਾਨੂੰ ਜਿਹੜੀ ਆ ਤਰੀਕ ਪੁੱਛੀ ਜਾਵੇਗੀ ਕਿ ਤੁਸੀਂ ਜਿਹੜਾ ਕਰਤਾਰਪੁਰ ਸਾਹਿਬ ਕਦੋਂ ਜਾਣਾ ਚਾਹੁੰਦੇ ਹੋ ਇਸ ਤੋਂ ਤੁਹਾਨੂੰ ਆਪਣੇ ਬਾਰੇ ਸਾਰੀ ਜਾਣਕਾਰੀ ਭਰਨ ਲਈ ਆਖਿਆ ਜਾਵੇਗਾ ਇਸ ਫਾਰਮ ਨੂੰ ਭਰਦੇ ਸਮੇਂ ਕਈ ਗੱਲਾਂ ਜਿਹੜੀਆਂ ਉਹ ਧਿਆਨ ਚ ਰੱਖਣ ਵਾਲੀਆਂ ਨੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਧਿਆਨ ਚ ਰੱਖਣ ਵਾਲੀ ਹੈ ਇਹ ਫਾਰਮ ਭਰਦੇ ਸਮੇਂ ਕਈ ਗੱਲਾਂ ਧਿਆਨ ਚ ਰੱਖਣੀਆਂ ਜ਼ਰੂਰੀ ਨੇ ਜਿਵੇਂ ਕਿ ਫਾਰਮ ਭਰਨ ਵਾਲੇ ਨੂੰ ਆਪਣਾ ਬਲੱਡ ਗਰੁੱਪ ਪਤਾ ਹੋਣਾ ਚਾਹੀਦਾ ਜੋ ਫਾਰਮ 'ਚ ਭਰਨਾ ਲਾਜ਼ਮੀ ਹੋਵੇਗਾ ਤੁਹਾਡੇ ਪਾਸਪੋਰਟ ਦੀ ਵੈਧ ਮਿਤੀ ਲੰਗੀ ਨਹੀਂ ਹੋਣੀ ਚਾਹੀਦੀ ਇਸ ਤੋਂ ਇਲਾਵਾ ਤੁਸੀਂ ਕੀ ਕੰਮ ਕਰਦੇ ਹੋ ਉਸ ਬਾਰੇ ਜਿਹੜੀ ਸਾਰੀ ਜਾਣਕਾਰੀ ਤੁਹਾਨੂੰ ਇਸ ਫਾਰਮ ਦੇ ਵਿੱਚ ਦੇਣੀ ਪਵੇਗੀ ਇਸ ਤੋਂ ਇਲਾਵਾ ਫਾਰਮ ਭਰਨ ਲਈ ਪਾਸਪੋਰਟ ਸਾਈਜ਼ ਫੋਟੋ ਵੀ ਚਾਹੀਦੀ ਹੈ ਜਿਸ ਦਾ ਫਾਰਮੈਟ ਵੈਬਸਾਈਟ ਤੇ ਦਿੱਤਾ ਗਿਆ ਤੇ ਨਾਲ ਹੀ ਪਾਸਪੋਰਟ ਦੀ ਕਾਪੀ ਜਿਹੜੀ ਹੈ ਉਹ ਵੀ ਤੁਹਾਨੂੰ ਡਾਊਨਲੋਡ ਕਰਕੇ ਅਪਲੋਡ ਕਰਨੀ ਜ਼ਰੂਰੀ ਹੋਵੇਗੀ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਫਾਰਮ ਭਰਦੇ ਸਮੇਂ ਨਾਂ ਜਨਮ ਤਰੀਕ ਤੋਂ ਇਲਾਵਾ ਸਾਰੀ ਜਾਣਕਾਰੀ ਜਿਹੜੀ ਆ ਦਰਸਤ ਭਰੀ ਜਾਵੇ ਤਾਂ ਜੋ ਮਨਜ਼ੂਰੀ ਮਿਲਣ ਚ ਕੋਈ ਦਿੱਕਤ ਨਾ ਆਵੇ ਇਹ ਸਾਰਾ ਫਾਰਮ ਭਰਨ ਤੋਂ ਬਾਅਦ ਯਾਤਰਾ ਤੋਂ 4 ਦਿਨ ਪਹਿਲਾਂ ਯਾਤਰੀ ਨੂੰ ਯਾਤਰਾ ਦੀ ਜਿਹੜੀ ਆ ਸੂਚਨਾ ਉਹ ਦਿੱਤੀ ਜਾਵੇਗੀ ਇਸ ਸਾਰੇ ਪੜਾ ਦੇ ਦੌਰਾਨ ਜਦੋਂ ਤੁਸੀਂ ਆਨਲਾਈਨ ਫਾਰਮ ਭਰਦੇਵੋਗੇ ਤਾਂ ਉਸ ਤੋਂ ਬਾਅਦ ਜਿਹੜੀ ਪੁਲਿਸ ਵੱਲੋਂ ਤੁਹਾਡੀ ਜਿਹੜੀ ਉਹ ਵੈਰੀਫਿਕੇਸ਼ਨ ਵੀ ਕੀਤੀ ਜਾਵੇਗੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹੀ ਇਹ ਜਿਹੜੀ ਤੁਹਾਨੂੰ ਮਨਜ਼ੂਰੀ ਮਿਲ ਸਕੇਗੀ ਯਾਤਰਾ ਬਿਨਾ ਵੀਜ਼ੇ ਦੇ ਹੋਵੇਗੀ ਪਰ ਇਸ ਦੇ ਲਈ ਇਸ ਆਨਲਾਈਨ ਪੋਰਟਲ ਤੋਂ ਯਾਤਰਾ ਦਾ ਪਰਮਟ ਲੈਣਾ ਜ਼ਰੂਰੀ ਹੋਵੇਗਾ ਜਿਸ ਦਾ ਪ੍ਰਿੰਟ ਆਊਟ ਆਪ ਕੱਢਿਆ ਜਾ ਸਕਦਾ ਹੈ ਯਾਤਰਾ ਦੇ ਆਨਲਾਈਨ ਬਿਨੇ ਪੱਤਰ ਜਮ੍ਹਾਂ ਕਰਵਾਉਣ ਲਈ ਮੋਬਾਈਲ ਨੰਬਰ ਜ਼ਰੂਰੀ ਹੈ ਆਨਲਾਈਨ ਵੇਰਵੇ ਜਮ੍ਹਾਂ ਕਰਦੇ ਸਮੇਂ ਈਮੇਲ ਆਈਡੀ ਮੁਹੱਈਆ ਕਰੋਗੇ ਤਾਂ ਇਲੈਕਟ੍ਰੋਨਿਕ ਟਰੈਵਲ ਅਥਾਰਾਈਜ਼ੇਸ਼ਨ ਈਟੀਏ ਨੂੰ ਈਮੇਲ ਵਿੱਚ ਅਟੈਚਮੈਂਟ ਦੇ ਤੌਰ ਤੇ ਹਾਸਲ ਕੀਤਾ ਜਾ ਸਕਦਾ ਹੈ ਬਦਲ ਦੇ ਤੌਰ ਤੇ ਮੋਬਾਈਲ ਸੰਦੇਸ਼ ਵਿੱਚ ਦਿੱਤੇ ਲਿੰਕ ਤੋਂ ਈਟੀਏ ਡਾਊਨਲੋਡ ਕੀਤਾ ਜਾ ਸਕਦਾ ਹੈ ईटीए ਯਾਤਰਾ ਦੌਰਾਨ ਤੁਹਾਨੂੰ ਨਾਲ ਰੱਖਣਾ ਜ਼ਰੂਰੀ ਹੋਵੇਗਾ ਤੇ ਵਾਪਸ ਭਾਰਤ ਆਉਂਦੇ ਸਮੇਂ ਤੱਕ ਤੁਹਾਨੂੰ ਇਹ ਨਾਲ ਰੱਖਣਾ ਪਵੇਗਾ ਕਿਉਂਕਿ ਰਸਤੇ ਦੇ ਵਿੱਚ ਕਿਤੇ ਵੀ ਤੁਹਾਡੇ ਤੋਂ ਈਟੀਏ ਜਿਹੜਾ ਉਹ ਦੇਖਿਆ ਜਾ ਸਕਦਾ ਹੈ ਭਾਰਤ ਵੱਲੋਂ ਇਹ ਯਾਤਰਾ ਮੁਫਤ ਹੈ ਪਰ ਪਾਕਿਸਤਾਨ ਵੱਲੋਂ ਪ੍ਰਤੀ ਯਾਤਰੀ 20 ਡਾਲਰ ਦੀ ਜਿਹੜੀ ਫੀਸ ਲਈ ਜਾ ਰਹੀ ਹੈ ਜੋ ਕਿ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1400 ਰੁਪਏ ਬਣਦੀ ਹੈ ਯਾਤਰਾ ਦੌਰਾਨ ਤੁਸੀਂ ਨਾਲ ਕੀ ਲੈ ਕੇ ਜਾ ਸਕਦੇ ਹੋ ਤੇ ਕੀ ਨਹੀਂ ਇਸ ਬਾਰੇ ਵੀ ਸਾਰੀ ਜਾਣਕਾਰੀ ਵੈੱਬਸਾਈਟ ਤੇ ਦਿੱਤੀ ਗਈ ਹੈ ਸੋ ਜੋ ਵੀ ਯਾਤਰੀ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਨੇ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲੈਣ ਕਿਉਂਕਿ ਸਹੀ ਜਾਣਕਾਰੀ ਨਾ ਹੋਣ ਕਾਰਨ ਕਈ ਯਾਤਰੀਆਂ ਨੂੰ ਡੇਰਾ ਬਾਬਾ ਨਾਨਕ ਜੋ ਕਿ ਮੁੜਲਾ ਪੜਾਇਆ ਤਾਂ ਵਾਪਸ ਮੁੜਨਾ ਪੈ ਰਿਹਾ ਤੇ ਉਹ ਕਾਫੀ ਨਿਰਾਸ਼ ਹੋ ਰਹੇ ਨੇ